ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਹੈ ਇਸ ਮਹਾਨ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਇੱਕ ਐਸੇ ਮਹਾਨ ਇਨਕਲਾਬੀ ਭਗਤ ਹੋਏ ਨੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇੱਕ ਅਕਾਲ ਪੁਰਖ ਨਾਲ ਜੋੜਨ ਵਾਸਤੇ ਉਸ ਵਕਤ ਲੋਕਾਈ ਨੂੰ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਔਰ ਆਪ ਅਕਾਲ ਪੁਰਖ ਦੇ ਵਿੱਚ ਆਪੇ ਹੀ ਸਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਬਚਨ ਸਾਂਝੇ ਕੀਤੇ ਹੈ ਕਿ ਨਾਮੇ ਨਾਰਾਇਣ ਨਾਹੀ ਭੇਦ ਬੰਦਗੀ ਕਰਕੇ ਕਰਤਾਰ ਦੀ ਭਗਤੀ ਕਰਕੇ ਕਰਤਾਰ ਦੀ ਉਸ ਕਰਤਾਰ ਦੇ ਵਿੱਚ ਉਸ ਮਾਲਕ ਦੇ ਵਿੱਚ ਉਹ ਅਪੇਧ ਹੋ ਚੁੱਕੀ ਮਹਾਨ ਸ਼ਖਸੀਅਤ ਸਨ ਮਹਾਨ ਬੰਦਗੀ ਤੇ ਭਗਤੀ ਦੇ ਵਿੱਚ ਭਿੱਜੀ ਰੂਹ ਸਨ ਉਹਨਾਂ ਨੇ ਉਸ ਵਕਤ ਦੇ ਜਿਹੜੇ ਜਾਤ ਅਭਿਮਾਨੀ ਪੰਡੇ ਸਨ ਉਹਨਾਂ ਦੇ ਖਿਲਾਫੀ ਮਹਾਨ ਇਨਕਲਾਬੀ ਵਿਚਾਰ ਦਿੱਤੇ ਔਰ ਜਾਤੀ ਪਾਤੀ ਦਾ ਜਿਹੜਾ ਸੀ ਪਰਪੂਰ ਜ਼ੋਰਦਾਰ ਜਿਹੜਾ ਸੀ ਖੰਡਨ ਕੀਤਾ ਕਿਉਂਕਿ ਉਹਨਾਂ ਨੂੰ ਆਪ ਵੀ ਪੰਜ ਪੌਤਕ ਤੰ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਜਾਤੀ ਤਿਰਸਕਾਰ ਦਾ ਸ਼ਿਕਾਰ ਹੋਣਾ ਪਿਆ ਭਗਤ ਨਾਮਦੇਵ ਜੀ ਇੱਕ ਐਸੇ ਮਹਾਨ ਭਗਤ ਸਨ ਜਿਨ੍ਹਾਂ ਨੇ ਉਸ ਵਕਤ ਦੀ ਲੋਕਾਈ ਨੂੰ ਇਹੋ ਉਪਦੇਸ਼ ਦਿੱਤਾ ਕਿ ਹਰੀ ਉਹ ਹੈ ਜਿਹੜਾ ਹਰੇਕ ਦੇ ਵਿੱਚ ਵਸਦਾ ਹੈ ਜਿਹੜਾ ਸਰਬਥਾਨ ਦੇ ਉੱਤੇ ਮੌਜੂਦ ਹੈ ਉਹ ਕਿਸੇ ਖਾਸ ਮਕਾਮ ਤੇ ਨਹੀਂ ਔਰ ਨਾ ਹੀ ਹਰ ਇੱਕ ਚੀਜ਼ ਰਬ ਹੈ ਬਲਕਿ ਅਕਾਲਪੁਰਖ ਹੋ ਹੈ ਜਿਹੜਾ ਹਰ ਕਣ ਕਣ ਦੇ ਵਿੱਚ ਹਰ ਜ਼ਰਰੇ ਜ਼ਰਰੇ ਦੇ ਵਿੱਚ ਬਿਰਾਜ਼ਮਾਨ ਹੈ ਸੋਭਾਇਮਾਨ ਹੈ ਭਗਤ ਨਾਮਦੇਵ ਜੀ ਦੀਆਂ ਮਹਾਨ ਸਿੱਖਿਆਵਾਂ ਉਪਦੇਸ਼ ਅੱਜ ਵੀ ਉਨੇ ਹੀ ਸਾਰਥਕ ਨੇ ਜਿੰਨੇ ਉਸ ਵਕਤ ਸਨ ਜਦੋਂ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੇ ਉਹਨਾਂ ਦੀ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸੋਭਾਇਮਾਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤ ਨਾਮਦੇਵ ਜੀ ਦੀ ਮਹਾਨ ਪਾਵਨ ਪਵਿੱਤਰ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕੀਤਾ। ਔਰ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਪਾਵਨ ਬਾਣੀ ਦੇ ਰਾਹੀਂ ਭਗਤ ਨਾਮਦੇਵ ਜੀ ਸਾਡੇ ਅੰਦਰ ਮੌਜੂਦ ਨੇ। ਸਾਨੂੰ ਉਪਦੇਸ਼ ਦੇ ਰਹੇ ਨੇ। ਸਾਨੂੰ ਸਿੱਖਿਆਵਾਂ ਦੇ ਰਹੇ ਨੇ। ਸਾਨੂੰ ਸਮਝਾ ਰਹੇ ਨੇ। ਸਾਨੂੰ ਅਕਾਲ ਪੁਰਖ ਦੇ ਲੜ ਲਾ ਰਹੇ ਨੇ। ਸਾਨੂੰ ਫੋਕਟ ਕਰਮਾਂ, ਪਖੰਡਾਂ, ਵਹਿਮਾਂ ਭਰਮਾਂ ਦਾ ਤਿਆਗ ਕਰਕੇ ਇੱਕ ਆਦਰਸ਼ਕ ਮਨੁੱਖ ਬਣਨ ਦੀ ਸਿੱਖਿਆ ਦੇ ਰਹੇ ਨੇ ਇਹ ਭਗਤ ਨਾਮਦੇਵ ਜੀ ਦੀ ਮਹਾਨ ਸ਼ਖਸੀਅਤ ਹੈ ਉਹਨਾਂ ਦਾ ਜਨਮ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੇ ਅੰਦਰ ਨਰਸੀ ਬਾਮਣੀ ਇੱਕ ਪਿੰਡ ਦੇ ਵਿੱਚ ਹੋਇਆ ਉੱਥੋਂ ਹੀ ਉਹਨਾਂ ਨੇ ਬਚਪਨ ਤੋਂ ਹੀ ਬੰਦਗੀ ਪਗਤੀ ਦੇ ਰਾਹੀ ਅਕਾਲ ਪੁਰਖ ਨਾਲ ਜੁੜਨਾ ਸ਼ੁਰੂ ਕੀਤਾ ਔਰ ਅਕਾਲ ਪੁਰਖ ਦੇ ਵਿੱਚ ਅਪੇਦਤਾ ਜਿਹੜੀ ਹੈ ਉਹ ਤਾਰਨ ਕੀਤੀ ਮੈਂ ਇੱਕ ਵਾਰੀ ਫੇਰ ਐਸੇ ਮਹਾਨ ਬੰਦਗੀ ਤੇ ਪਗਤੀ ਦੇ ਸ਼ਰੋਤ ਔਰ ਬੰਦਗੀ ਤੇ ਪਗਤੀ ਦੇ ਵਿੱਚ ਭਿੱਜੀ ਰੂਹ ਭਗਤਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ